अपने शहर और आसपास की खबरें पाने के लिए हमारे न्यूज़ चैनल को सब्सक्राइब करें और साथ में लगे घंटी वाले बटन को दबाएं। साहिब श्री गुरु नानक देव जी के 550वें प्रकाश पूर्व को समर्पित सुल्तानपुर लोधी में रोजाना 5 लाख से अधिक श्रद्धालु सुल्तानपुर लोधी पहुंच रहे हैं तो सुल्तानपुर लोधी आ रही संगत को लगे लंगर भी आकर्षित कर रहे हैं। लोगों के हाईटेक होने के साथ साथ अब लंगर भी हाईटेक हो चुके हैं। सुल्तानपुर लोधी में पिज्जा लंगर, बर्गर का लंगर व ठंडों का लंगर तो आप देख ही चुके हो, लेकिन आज आपको दिखाते हैं सुल्तानपुर लोधी में लगा 550 तरह का लंगर। आपको दिखाते हैं संत मान सिंह द्वारा 550वें गुरु पूर्व को समर्पित 550 वैरायटी का लंगर। ਪਾਤਸ਼ਾਹ ਨੇ ਸਿੱਖਿਆ ਦਿੱਤੀ ਅਤੇ ਉਪਦੇਸ਼ ਦਿੱਤਾ ਸੁਲਤਾਨਪੁਰ ਤੋਂ ਵੱਡਾ ਤੀਰਥ ਕੋਈ ਹੋ ਨਹੀਂ ਸਕਦਾ। ਇੱਥੇ ਬਾਬੇ ਨੇ 14.5 ਸਾਲ 9 ਮਹੀਨੇ ਕੰਮ ਕੀਤਾ, ਤਪੱਸਿਆ ਕੀਤੀ ਔਰ ਅੱਖੀ ਕਿਰਤ ਕਰਕੇ ਘਰ ਦਾ ਬੰਦ ਉਪਦੇਸ਼ ਦਿੱਤਾ। ਇਸ ਮੌਕੇ ਦੇ ਉੱਤੇ 550 ਵਰੈਟੀਆਂ ਦੇ ਲੰਗਰ ਅਤੇ 550 ਕੁਇੰਟਲ ਦਾ ਕੇਕ ਜਿਹੜਾ ਕਿ ਕੱਲ੍ਹ ਕੱਟਿਆ ਜਾਂਦਾ ਔਰ ਇਹ ਸਾਡੇ ਮਨ 'ਚ ਉਤਸ਼ਾਹ ਇਸ ਕਰਕੇ ਜਾਗਿਆ ਕਿ ਮੇਰੀ ਤਾਂ ਆਪਣੀ ਜ਼ਿੰਦਗੀ 'ਚ ਗੁਰੂ ਨਾਨਕ ਸਾਹਿਬ ਤੋਂ ਪਿਆਰੀ ਕੋਈ ਹੋਰ ਚੀਜ਼ ਨਹੀਂ। ਮਾਂ ਬਾਪ ਭੈਣ ਭਰਾ ਇਹਦੇ ਕਹਿੰਦਾ ਬਹੁਤ ਪਿੱਛੇ ਨੇ, ਮੈਨੂੰ ਆਪਣੀ ਜ਼ਿੰਦਗੀ ਦੇ ਨਾਲੋਂ ਗੁਰੂ ਨਾਨਕ ਸਾਹਿਬ ਪਿਆਰੇ ਨੇ। ਇਹ ਅਸੀਂ ਦੇਖਦੇ ਹਾਂ ਲੋਕ ਆਪਣੇ ਬੱਚਿਆਂ ਦੇ ਬਰਥਡੇ ਮਨਾਉਂਦੇ ਨੇ, ਬੜੇ ਸ਼ੇਖਰ ਕਰਦੇ ਨੇ, ਕਦੇ ਸ਼ਰਾਬਾਂ, ਕਦੇ ਕੁਛ, ਕਦੇ ਕੁਛ। ਅਸੀਂ ਸੋਚਿਆ ਕਿ ਇਸ ਗੁਰੂ ਨੂੰ ਕਿਸ ਤਰੀਕੇ ਨਾਲ ਬਣਾਇਆ ਜਾਏ ਕਿ ਲੋਕਾਂ ਨੂੰ ਪਤਾ ਲੱਗੇ ਕਿ ਸਾਨੂੰ ਨਾਲ ਪਾਤਸ਼ਾਹ ਦਾ ਗੁਰੂ ਸਾਨੂੰ ਸਾਰਿਆਂ ਨੂੰ ਵੱਧ ਚੜ੍ਹ ਕੇ ਮਨਾਉਂਦਾ ਹੀ। ਇਸ 'ਤੇ 550 ਕਿਸਮ ਦੀ ਵਰੈਟੀ ਹੈ ਜਿਹੜੀ ਸਾਹਮਣੇ ਵਿੱਚ ਗਿਣਤੀ ਹੋ ਕੇ ਹੋਈ ਪਈ ਹੈ ਔਰ ਅਸੀਂ ਤੁਹਾਨੂੰ ਦੱਸੀਏ ਵੀ ਇੱਥੇ ਇਹੋ ਜਿਹੇ ਖਾਣੇ ਬਣੇ ਨੇ ਕਿ ਜਿਹੜੀ ਇਹੋ ਜਿਹੀ ਮਠਿਆਈ ਬਣੀ ਹੈ ਕਿ ਜਿਹੜੀ ਇਹਦੇ ਕਰਕੇ ਅੱਜ ਤੁਸੀਂ ਵੀ ਲਗਾਉਂਦੀ ਹੋ। ਅਤੇ ਮੈਂ ਚਾਹਾਂਗਾ ਕਿ ਤੁਹਾਨੂੰ ਇੱਕ ਪਿੰਨੀ ਜਿਹੜੀ ਕਿ ਤੁਸੀਂ ਖਾਧੀ ਨਹੀਂ ਹੋਈ ਹੋਵੇਗੀ ਇਹੋ ਜਿਹੀਆਂ ਪਿੰਨੀਆਂ ਔਰ ਜਿਹੜਾ ਖਾਣਾ ਖਾ ਕੇ ਜਾਂਦਾ ਕਹਿੰਦਾ ਕਮਾਲ ਕਰਦੀ, ਮੈਂ ਕਮਾਲ ਤਾਂ ਗੁਰੂ ਨਾਨਕ ਸਾਹਿਬ ਦੀ ਹੈ, ਅਸੀਂ ਉਹਦੇ ਦਵਾਉਣੇ ਜਿਹੜੇ ਸਿੱਖ ਹਾਂ। ਅੱਜ ਇਹ ਪਦਾਰਥ ਬਣ ਰਹੇ ਨੇ, ਟਾਈਮ ਤੋਂ ਕੋਈ ਥੋੜ੍ਹੇ ਜਿਹੇ ਪਹਿਲਾਂ ਆ ਗਿਆ। ਅਤੇ ਦੂਜੇ ਨੰਬਰ 'ਤੇ ਦੀ ਗੱਲ, ਅਜੇ ਆ ਵਰੈਟੀਆਂ ਆ ਗਈਆਂ ਨੇ, ਇੱਥੇ 11 ਕਿਸਮ ਦਾ ਆਪਣੇ ਠੰਡਾ ਚੱਲਦਾ ਔਰ ਇੱਥੇ 11 ਕਿਸਮ ਦੀ ਆਈਸਕ੍ਰੀਮ ਚੱਲਦੀ ਹੈ ਔਰ 25 ਕਿਸਮ ਦੀਆਂ ਇੱਥੇ ਕੁਲਫੀਆਂ ਚੱਲਦੀਆਂ, ਅਜੇ ਜਿਹੜੀਆਂ ਕਿ ਸਪੈਸ਼ਲ ਚੰਡੀਗੜ੍ਹ ਮੰਗਾਈਆਂ ਜਾ ਰਹੀਆਂ ਨੇ, ਬੜੀਆਂ ਸਪੈਸ਼ਲ ਕੁਲਫੀਆਂ ਨੇ। ਮੈਂ ਉਮੀਦ ਕਰਾਂਗੇ ਤੁਸੀਂ ਸ਼ਾਮ ਤੱਕ ਸ਼ੁਰੂ ਕਰਾਓ, ਜੇ ਮੈਂ ਤੁਹਾਨੂੰ ਕੁਲਫੀ ਪਾਉਂਗਾ ਤਾਂ ਤੁਸੀਂ ਉਹ ਕੁਲਫੀ ਖਾ ਕੇ ਸੋਚ ਬਣਾ ਜਾਓਗੇ। ਅਤੇ ਮੈਂ ਚਾਹਾਂਗਾ ਕਿ ਤੁਸੀਂ ਥੋੜ੍ਹਾ ਜਿਹਾ ਕੰਮ ਇਕੱਠਾ ਕਰੋ। ਬਾਬਾ ਜੀ ਜਿਸ ਤਰ੍ਹਾਂ ਇੱਥੇ ਟੀਕੇ ਦੇ ਲੰਗਰ ਲੱਗੇ, ਬਰਗਰ ਦੇ ਲੰਗਰ ਲੱਗੇ, ਤੁਹਾਡਾ ਕਿਸ ਤਰ੍ਹਾਂ ਇਹ ਮਤਲਬ ਸੋਚਿਆ ਕਿ ਇੱਥੇ 550 ਐਟਮਾਂ ਵਰਤੀਆਂ ਗਈਆਂ, ਮੈਂ ਤਾਂ ਸਿਰਫ ਇਹ ਕਹਿਣਾ ਚਾਹੁੰਦਾ ਵੀ ਦੁਨੀਆਂ ਦੇ ਲੋਕ ਆਪਣੇ ਬੱਚਿਆਂ ਦਾ ਬਰਥਡੇ ਕਿੰਨੀ ਜ਼ਿਆਦਾ ਸ਼ੌਕ ਨਾਲ ਮਨਾਉਂਦੇ ਨੇ। ਵਿਆਹਾਂ ਸ਼ਾਦੀਆਂ ਦੇ ਉੱਤੇ ਖਰਚ ਕਰਨਾ ਕਿਹਾ ਤਾਂ ਉਹ ਸੋਚਦੇ ਨਹੀਂ। ਅਤੇ ਸਾਡੇ ਮਨ ਵਿੱਚ ਇਹ ਖਿਆਲ ਕੀ ਆਉਣਾ, ਸਾਡਾ ਖਿਆਲ ਤਾਂ ਸਿਰਫ ਇੱਕੋ ਹੀ ਹੈ ਕਿ ਇਹ ਲੰਗਰ ਲਾਉਣਾ ਜਾਂ ਪਿੱਜਾ ਕੱਟਣਾ ਇਹੋ ਜਿਹੇ ਤਰੀਕੇ ਨਾਲ ਕੀਤਾ ਜਾਵੇ ਕਿ ਮਤਲਬ ਭੁੱਖਾ ਸਰਦਾ ਹੈ। ਜਗਤ ਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ 'ਤੇ ਅਸੀਂ ਗੁਰਦੁਆਰਾ ਬੀਰ ਸਾਹਿਬ ਦਰਸ਼ਨ ਕਰਨ ਆਏ ਹਾਂ ਔਰ ਨਾਲ ਦੀ ਨਾਲ ਇੱਕ ਹੋਰ ਕਿਰਪਾ ਹੋਈ ਹੈ ਕਿ ਸੰਤ ਬਾਬਾ ਮਾਨ ਸਿੰਘ ਪੇਵੇ ਵਾਲਿਆਂ ਦੇ ਲੰਗਰਾਂ ਦੇ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ ਹੈ
ਔਰ ਜੋ ਅਸੀਂ ਆਨੰਦ ਇੱਥੇ ਦੇਖ ਰਹੇ ਹਾਂ ਉਹ ਵੀ ਇੱਕ ਇਲਾਹੀ ਆਨੰਦ ਹੈ ਕਿ 550 ਤਰ੍ਹਾਂ ਦੀ ਵਰਾਇਟੀਜ਼ ਤਿਆਰ ਕਰਕੇ ਬਾਬਾ ਜੀ ਸੰਗਤਾਂ ਨੂੰ ਛਕਾ ਰਹੇ ਨੇ ਔਰ ਸੱਚਮੁੱਚ ਹੀ ਇੱਕ ਆਨੰਦਮਈ ਔਰ ਵਧੀਆ ਹੈ, ਸੰਗਤਾਂ ਆਪਣਾ ਆਨੰਦ ਲੈ ਰਹੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਇੱਥੇ ਪ੍ਰੋਗਰਾਮ ਹੋ ਰਿਹਾ ਹੈ, ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ 550ਵਾਂ ਸਾਲ ਹੈ, ਇਹਦੇ ਮੁੱਖ ਨੂੰ ਰੱਖ ਕੇ ਅਸੀਂ ਸੰਗਤਾਂ ਵਾਸਤੇ 550 ਕਿਸਮ ਦੀ ਵਰਾਇਟੀ ਤਿਆਰ ਕੀਤੀ ਹੈ ਔਰ 5.5 ਕੁਇੰਟਲ ਦਾ ਅਸੀਂ ਕੇਕ 12 ਤਰੀਕ ਨੂੰ ਕੱਟਾਂਗੇ। ਆਈ ਕਿ ਜਿੰਨੀ ਵੀ ਸਾਫ ਸੰਗਤ ਹੈ ਅਸੀਂ ਸੋਚਦੇ ਹਾਂ ਵੀ ਹਰ ਇੱਕ ਬੰਦਾ ਇੱਥੋਂ ਭੋਜਨ ਛੱਕ ਕੇ ਜਾਵੇ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ। ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ 'ਤੇ ਅਸੀਂ ਗੁਰਦੁਆਰਾ ਬੀਰ ਸਾਹਿਬ ਦਰਸ਼ਨ ਕਰਨ ਆਏ ਹਾਂ ਔਰ ਨਾਲ ਦੀ ਨਾਲ ਇੱਕ ਹੋਰ ਕਿਰਪਾ ਹੋਈ ਹੈ ਕਿ ਸੰਤ ਬਾਬਾ ਮਾਨ ਸਿੰਘ ਪਿੰਡਿਆਂ ਦੇ ਲੰਗਰਾਂ ਦੇ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਔਰ ਜੋ ਅਸੀਂ ਆਨੰਦ ਇੱਥੇ ਦੇਖ ਰਹੇ ਹਾਂ ਉਹ ਵੀ ਇੱਕ ਇਲਾਹੀ ਆਨੰਦ ਹੈ ਕਿ 550 ਤਰ੍ਹਾਂ ਦੀ ਵਰਾਇਟੀ ਤਿਆਰ ਕਰਕੇ ਬਾਬਾ ਜੀ ਸੰਗਤਾਂ ਨੂੰ ਛਕਾ ਰਹੇ ਔਰ ਸੱਚਮੁੱਚ ਹੀ ਇੱਕ ਆਨੰਦ ਹੋਈ ਔਰ ਵਧੀਆ ਹੈ, ਸੰਗਤਾਂ ਆਪਣਾ ਆਨੰਦ ਲੈ ਰਹੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਬਲਜੀਤ ਸਿੰਘ ਹੈ ਜੀ। ਤੁਸੀਂ ਇੱਥੇ ਗੁਰੂ ਘਰ ਮੱਥਾ ਟੇਕਣ ਆਏ? ਹਾਂਜੀ ਹਾਂਜੀ। ਤਾਂ ਜੋ ਲੰਗਰਾਂ ਦੇ ਵਿੱਚ ਹੈ ਤੁਸੀਂ ਦੇਖ ਰਹੇ ਹੋ, ਕੀ ਲੱਗਿਆ? ਅਸੀਂ ਇੱਥੇ 550 ਸਾਲਾਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਗੁਰਪੁਰਬ 'ਤੇ ਆਏ ਹਾਂ। ਅਸੀਂ ਘੁੰਮਦੇ ਘੁੰਮਾਉਂਦੇ ਇਸ ਟਾਈਮ ਸੰਤ ਬਾਬਾ ਮਾਨ ਸਿੰਘ ਜੀ ਭੇਵਿਆਲੇ ਦੇ ਲੰਗਰ ਵਿੱਚ ਆਏ, ਜਿੱਥੇ ਅਸੀਂ ਵੇਖਿਆ ਜੀ 550 ਤਰ੍ਹਾਂ ਦੀ ਵਰਾਇਟੀ ਬਾਬਾ ਜੀ ਨੇ ਤਿਆਰ ਕੀਤੀ ਹੈ। ਇਹਦੇ ਵਿੱਚ ਹਰ ਤਰ੍ਹਾਂ ਦੀਆਂ ਬਰਫੀਆਂ, ਹਰ ਤਰ੍ਹਾਂ ਦਾ ਫਰੂਟ, ਕੋਕ, ਕੋਲਡ ਡਰਿੰਕਸ ਵਗੈਰਾ, ਇਹਨਾਂ ਦੀ ਗਿਣਤੀ ਕੀਤੀ ਨਹੀਂ ਜਾ ਸਕਦੀ। ਅਤੇ ਸਾਨੂੰ ਇਹ ਵੇਖ ਕੇ ਬਹੁਤ ਵਧੀਆ ਲੱਗਾ ਅਤੇ ਗੁਰੂ ਨਾਨਕ ਸਾਹਿਬ ਦੀ ਇੰਨੀ ਵੱਡੀ ਮਹਾਂਪੁਰਖਾਂ ਦੇ ਉੱਤੇ ਕਿਰਪਾ ਜੀ, ਅਤੇ ਇੰਨੀ ਹੁੰਮ ਹੁਮਾ ਕੇ ਸੰਗਤ 'ਤੇ ਪਹੁੰਚ ਰਹੀ ਆ, ਇਹਦੇ ਬਾਰੇ ਅਸੀਂ ਕੁਛ ਕਹਿ ਹੀ ਨਹੀਂ ਸਕਦੇ ਜੀ। ਸਾਨੂੰ ਇਸ ਚੀਜ਼ ਦੀ ਬਹੁਤ ਖੁਸ਼ੀ ਆ ਅਤੇ ਮਹਾਰਾਜ ਦਾ ਬਹੁਤ ਧੰਨ ਧੰਨ ਹੋ ਰਹੀ ਹੈ। ਐਨਕਾਊਂਟਰ ਕਪੂਰਥਲਾ ਸੇ ਸੌਰਵ ਮਰੀਆ ਕੇ ਸਾਥ ਮਨਜੀਤ ਕੌਰ ਕੀ ਰਿਪੋਰਟ।